ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਹਾਡੇ ਵਾਸਤੇ ਅਸੀਂ ਥੋੜ੍ਹੇ ਜਿਹੇ ਡਿਫਰੈਂਟ ਸਟਾਈਲ ਦਾ ਸਟੱਫ ਲੈ ਕੇ ਆਏ ਹਾਂ। ਸਟੱਫ ਹੈਗਾ ਜੀ ਕਰਸ਼ ਕੋਟਨ ਦੇ ਉੱਪਰ, ਕਰਸ਼ ਟਿਸ਼ੂ ਤੁਸੀਂ ਬਹੁਤ ਦੇਖ ਲਿਆ, ਕਰਸ਼ ਕਰੇਪ ਅਸੀਂ ਤੁਹਾਨੂੰ ਕਾਫੀ ਸਾਰੇ ਜਦੋਂ ਫੰਕਸ਼ਨ ਹੁੰਦੇ ਆ, ਮਤਲਬ ਕਿ ਵੈਡਿੰਗ ਵਾਲੇ ਸੂਟ ਜਿਹੜੇ ਬਣਾਉਂਦੇ ਹਾਂ, ਕਰਸ਼ ਟਿਸ਼ੂ ਤਾਂ ਜ਼ਿਆਦਾ ਬਣਦੇ ਨੇ, ਦੁਪੱਟੇ ਵਗੈਰਾ ਕਰਸ਼ ਦੇ ਬਹੁਤ ਸੋਹਣੇ ਬਣਦੇ ਆ। ਅੱਜ ਤੁਹਾਡੇ ਵਾਸਤੇ ਅਸੀਂ ਕਰਸ਼ ਕੋਟਨ ਲੈ ਕੇ ਆਏ ਹਾਂ, ਵਿਦਾਊਟ ਲਾਈਨਿੰਗ ਬਣਨ ਵਾਲਾ ਸਟੱਫ ਆ ਅਤੇ ਪਿਓਰ ਕੋਟਨ ਹੋਏਗੀ ਜੀ। ਤੁਸੀਂ ਇਹਨਾਂ ਨੂੰ ਡਿਜ਼ਾਇਨਿੰਗ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ, ਲੇਸਿਸ ਲਗਾ ਕੇ ਬਣਾਉਣੇ ਨੇ ਸੂਟ, ਜਾਂ ਫਿਰ ਵਰਕ ਵਗੈਰਾ ਕਰਵਾਉਣਾ, ਜਾਂ ਸਿੰਪਲ ਸੂਟ ਬਣਾਉਣੇ ਆ ਤਾਂ ਵੀ ਮੈਚਿੰਗ ਸੂਟ ਨੇ, ਬਹੁਤ ਸੋਹਣੇ ਸੂਟ ਨੇ ਅੱਜ ਦੇ। ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ। ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ, ਸਕਰੀਨਸ਼ੋਟ ਲੈ ਕੇ ਤੁਸੀਂ ਮੇਰੇ ਇਸ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ। ਸ਼ੁਰੂ ਕਰਦੇ ਹਾਂ ਜੀ, ਪਹਿਲਾ ਸੂਟ ਦਿਖਾਉਣਾ। ਇਹ ਤਾਂ ਪਿਓਰ ਕੈਮਰੀ ਕੋਟਨ ਹੈ, ਇਹ ਪਿਓਰ ਕੈਮਰੀ, ਠੀਕ ਹੈ। 2.5 ਮੀਟਰ ਦੀ ਕੱਟ ਆਊਗੀ, ਸਲਵਾਰ ਹੈ ਜੀ ਪਲੇਨ, ਅਤੇ ਇੱਦਾਂ ਰਹੇਗਾ ਇਹਦੇ ਨਾਲ ਸ਼ਰਟ ਦਾ ਡਿਜ਼ਾਇਨ। ਪ੍ਰਿੰਟ ਬਹੁਤ ਸੋਹਣੇ ਮਿਲਣਗੇ, ਸਟੱਫ ਕਾਫੀ ਅੱਛਾ, ਇਹ ਜਿੱਦਾਂ ਥੋੜ੍ਹੇ ਥੋੜ੍ਹੇ ਬਲਜੇ ਹੁੰਦੇ ਇੱਦਾਂ ਕਰਸ਼ ਹੈ, ਇਹ ਵਿਦਾਊਟ ਲਾਈਨਿੰਗ ਆ, ਇਹ ਪ੍ਰੈਸ ਨਾਲ ਵੀ ਨਹੀਂ ਨਿਕਲਣਗੇ ਇਹਦੇ ਵਾਲ, ਬੇਸ਼ੱਕ ਤੁਸੀਂ ਪ੍ਰੈਸ ਕਰੋ ਇਹਨਾਂ ਸੂਟ ਨੂੰ। ਇਸ ਸੂਟ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਮਿਲੇਗਾ ਤੁਹਾਨੂੰ, ਠੀਕ ਹੈ ਜੀ। ਪ੍ਰਾਈਸ ਰਹੇਗਾ 1500, ਸ਼ਿਪਿੰਗ ਰਹੇਗੀ ਅਲੱਗ ਤੋਂ। ਸਟੱਫ ਪਿਓਰ ਕੋਟਨ 'ਤੇ ਆ ਅਤੇ ਬ੍ਰੈਂਡਡ SK ਬ੍ਰੈਂਡ ਦੇ ਸੂਟ ਨੇ ਸਾਰੇ। ਨੈਕਸਟ ਤੁਹਾਨੂੰ ਕਲਰ ਦਿਖਾਉਂਦੇ ਹਾਂ, ਇਹ ਹੈਗਾ ਜੀ ਸਲਵਾਰ ਦਾ ਕਲਰ, ਬਹੁਤ ਪਿਆਰਾ ਜਿਹਾ ਸ਼ੇਡ ਆ, ਅਤੇ ਇਹ ਹੈਗਾ ਸੇਮ ਹੀ ਜਿਹੜਾ ਤੁਹਾਨੂੰ ਨੀਚੇ ਡਿਜ਼ਾਇਨ ਦਿਖਾਇਆ, ਉਹਦੇ ਵਿੱਚ ਨੈਕਸਟ ਕਲਰ ਹੈ, ਇਹ ਆ ਗਿਆ ਸੈਕਿੰਡ ਕਲਰ, ਠੀਕ ਹੈ ਜੀ, ਪਰਪਲ ਜਿਹਾ ਸ਼ੇਡ ਆ। 1500 ਦਾ ਸੂਟ ਵਿਦਾਊਟ ਦੁਪੱਟਾ, ਪਲੱਸ ਸ਼ਿਪਿੰਗ ਅਲੱਗ ਤੋਂ ਰਹੇਗੀ ਇਹਨਾਂ ਦੀ 70-80 ਰੁਪੀਜ਼। ਨੈਕਸਟ ਕਲਰ ਦਿਖਾਉਂਦੇ ਹਾਂ ਤੁਹਾਨੂੰ, ਸੇਮ ਹੀ ਪ੍ਰਿੰਟ ਦੇ ਵਿੱਚ, ਕਲਰ ਬਹੁਤ ਸੋਹਣਾ, ਇਹ ਹੈਗਾ ਜੀ ਇਹਦਾ ਥਰਡ ਕਲਰ, ਕਲਰ ਬਹੁਤ ਪਿਆਰੇ ਪਿਆਰੇ ਜਿਹੇ ਸਾਰੇ, ਅਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਹੋਰ ਦਿੰਦੇ ਹਾਂ। ਜਿਹੜਾ ਇਹ ਕਲਰ ਦਾ ਸ਼ਰਟ ਦਾ ਸਟੱਫ ਆ, ਇਹਦੇ ਵਿੱਚ ਹਲਕੀ ਜਿਹੀ ਲਾਈਨਿੰਗ ਰਹੂਗੀ, ਬਿਲਕੁਲ ਨਵਾਂ ਸਟੱਫ ਆ, ਪਿਓਰ ਕੈਮਰੀ ਕੋਟਨ ਦੇ ਉੱਪਰ ਹੀ ਹਲਕੀ ਹਲਕੀ ਜਿਹੀ ਲਾਈਨ ਆ ਪਲੇਨ ਦੇ ਵਿੱਚ। ਸ਼ਰਟ ਹੈਗੀ ਆ ਜੀ ਕਰਸ਼ ਕੋਟਨ ਦੇ ਉੱਪਰ, ਜਿਹੜਾ ਸਟੱਫ ਹੈ ਸ਼ਰਟ ਦਾ, ਸਲਵਾਰ ਹੈਗੀ ਆ ਪਿਓਰ ਕੈਮਰੀ ਕੋਟਨ ਦੇ ਉੱਪਰ। 1500 ਪ੍ਰਾਈਸ ਹੈ ਇਹਨਾਂ ਸੂਟਾਂ ਦਾ। ਲੁੱਕ ਤੁਹਾਡੇ ਸਾਹਮਣੇ ਆ, ਬਹੁਤ ਸੋਹਣੇ ਸੂਟ ਨੇ। ਨੈਕਸਟ ਇਹ ਕਲਰ ਮੈਂ ਤੁਹਾਨੂੰ ਪਹਿਲਾਂ ਦਿਖਾ ਤਾ, ਸੇਮ ਦੇ ਵਿੱਚ ਨਵਾਂ ਪ੍ਰਿੰਟ ਦਿਖਾਉਣ ਜਾ ਰਹੀ ਹਾਂ ਤੁਹਾਨੂੰ। ਇਹ ਹੈਗਾ ਜੀ ਪ੍ਰਿੰਟ, ਥੋੜ੍ਹਾ ਵੱਡੇ ਫਲਾਰ ਆ ਜਾਣਗੇ। ਇਹ ਹੈਗਾ ਜੀ ਨੈਕਸਟ ਕਲਰ, ਕਲਰ ਤੁਸੀਂ ਦੇਖੋ ਕਿੰਨੇ ਪਿਆਰੇ ਪਿਆਰੇ ਜਿਹੇ ਆ, ਕਰਸ਼ ਟਿਸ਼ੂ ਦੀ ਹੈਗੀ ਆ ਸਲਵਾਰ, ਸੋਰੀ ਸ਼ਰਟ, ਅਤੇ ਪਿਓਰ ਕੈਮਰੀ ਕੋਟਨ ਦੀ ਹੈਗੀ ਆ ਸਲਵਾਰ।
ਜਿਹੜਾ ਇਹ ਵਾਲਾ ਡਿਜ਼ਾਈਨ ਆ, ਇਹਨਾਂ ਦੀਆਂ ਸਲਵਾਰਾਂ ਥੋੜ੍ਹੀਆਂ ਜਿਹੀਆਂ ਡਾਰਕ ਟੋਨ 'ਤੇ ਆ ਅਤੇ ਸ਼ਰਟਾਂ ਥੋੜ੍ਹੀਆਂ ਜਿਹੀਆਂ ਲਾਈਟ ਨੇ। ਇਹ ਹੈਗਾ ਇਹਦੇ ਵਿੱਚ ਨੈਕਸਟ ਕਲਰ। ਇਹ ਦੋ ਦੋ ਸੂਟ ਨੇ ਅਤੇ 2.5-2.5 ਮੀਟਰ ਦੀ ਕੱਟ ਹੈ ਜੀ। ਤੁਸੀਂ ਸੇਮ ਦੋ ਸੂਟ ਲੈਣੇ ਆ ਤਾਂ ਇੱਕ ਇੱਕ ਜਿੱਦਾਂ ਇਹ ਕਲਰ ਆ ਅਤੇ ਇਹਦੇ ਵਿੱਚ ਦੋ ਸੂਟ ਨੇ, ਇਹ 5-5 ਮੀਟਰ ਦਾ ਥਾਨ ਹੈ। ਠੀਕ ਹੈ, ਨੈਕਸਟ ਡਿਜ਼ਾਇਨ ਦਿਖਾਉਂਦੇ ਹਾਂ ਤੁਹਾਨੂੰ। ਦੇਖੋ ਕਿੰਨੇ ਸੋਹਣੇ ਕਲਰ ਆ। ਇੱਕ ਹੈਗਾ ਇਹਦੇ ਵਿੱਚ ਬਲੈਕ ਕਲਰ ਨੈਕਸਟ ਡਿਜ਼ਾਇਨ ਦੇ ਵਿੱਚ। ਠੀਕ ਹੈ, ਪ੍ਰਿੰਟ ਦੇਖਿਓ ਜੀ ਸੂਟਾਂ ਦੇ। ਕਰਸ਼ ਟਿਸ਼ੂ ਦੀ ਹੈਗੀ ਹੈ ਸ਼ਰਟ, 1500 ਪ੍ਰਾਈਸ ਆ। ਦੇਖੋ ਪ੍ਰਿੰਟ ਕਿੰਨਾ ਪਿਆਰਾ। ਤੁਸੀਂ ਏ ਲਾਈਨ ਦੇ ਵਿੱਚ ਲੇਸਿਸ ਲਗਾ ਕੇ ਬਣਾਓ ਸੂਟ ਨੂੰ, ਜਾਂ ਫਿਰ ਫਰੋਕ ਸੂਟ ਬਣਾ ਲਓ, ਸੈਮੀ ਫਰੋਕ ਬਣਦੀ ਉਹ ਬਣਾ ਸਕਦੇ ਹੋ। ਨੇਵੀ ਬਲੂ ਕਲਰ ਸੇਮ ਡਿਜ਼ਾਇਨ ਦਾ। ਠੀਕ ਹੈ ਜੀ, ਸਕਿਨ ਇਹਨਾਂ ਦਾ ਆਏਗਾ ਬੇਸ ਉੱਪਰ, ਜਿਹੜਾ ਪ੍ਰਿੰਟ ਆ ਡਾਰਕ ਕਲਰ ਦੇ ਉੱਪਰ ਸਕਿਨ ਕਲਰ ਬਹੁਤ ਸੋਹਣਾ ਖਿੜ ਕੇ ਆ ਰਿਹਾ। ਇੱਕ ਹੈਗਾ ਇਹ ਵਾਈਨ ਕਲਰ, ਇਹ ਹੈਗੀ ਆ ਜੀ ਵਾਈਨ ਕਲਰ ਦੀ ਸ਼ਰਟ। ਪ੍ਰਿੰਟ ਤੁਸੀਂ ਖੁਦ ਦੇਖ ਲਓ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਪ੍ਰਿੰਟ ਸਾਰੇ ਪ੍ਰਿੰਟ ਤੁਹਾਨੂੰ ਕਿੱਦਾਂ ਦੇ ਲੱਗੇ। 1500 ਪ੍ਰਾਈਸ ਆ ਇਹਨਾਂ ਸੂਟਾਂ ਦਾ, ਸ਼ਿਪਿੰਗ ਹੈਗੀ ਅਲੱਗ ਤੋਂ, ਅਤੇ ਇੱਕ ਸੂਟ ਮੈਂ ਤੁਹਾਨੂੰ ਡਿਸਕਾਊਂਟ 'ਚ ਦਿੰਦੀ ਹਾਂ। ਇਹ ਸਾਡੇ ਪਾਸ ਲੀਲਨ 'ਤੇ ਪਏ ਆ, ਦੋ ਸੂਟ ਨੇ ਇਹਦੇ ਵਿੱਚ। ਇਹ ਪਿਓਰ ਲੀਲਨ ਦਾ ਆਲ ਓਵਰ ਸੂਟ ਪਿਆ। ਠੀਕ ਹੈ, ਪਿਓਰ ਲੀਲਨ ਹੈ ਜੀ ਇਹ। ਬਣਨ ਤੋਂ ਬਾਅਦ ਸਰਦਾਰੀ ਜੀ ਲੁੱਕ ਆਏਗੀ। 2500 ਦਾ ਸੀਗਾ ਸੂਟ ਇਹ, ਹੁਣ ਤੁਹਾਨੂੰ ਇਹ ਸਿੰਗਲ ਪਿਆ ਸੂਟ 2000 ਦਾ ਕੱਢਾਂਗੇ ਜੀ। ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ, ਨਾ ਕੋਈ ਕਲਰ ਆ ਨਾ ਕੋਈ ਹੋਰ ਸੂਟ ਆ, ਇਹ ਪਿਓਰ ਲੀਲਨ ਅਤੇ ਆਲ ਓਵਰ ਸੂਟ ਆ। ਬਸ ਇੱਕੋ ਹੀ ਸਾਡੇ ਪਾਸ ਸਥਾਨ ਪਿਆ, 2000 ਦਾ ਸੂਟ ਹੈ। ਇਹ ਸੀਗੇ ਸਾਰੇ ਮੈਚਿੰਗ ਸੂਟ, ਅਤੇ ਹੁਣ ਤੁਹਾਨੂੰ ਥੋੜ੍ਹਾ ਜਿਹਾ ਡਿਫਰੈਂਟ ਦਿਖਾਉਂਦੇ ਹਾਂ ਕੁਛ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਨੇ। ਪ੍ਰਾਈਸ ਅੱਜ ਦੀ ਵੀਡੀਓ ਦਾ ਸੇਮ ਰਹੇਗਾ ਸਾਰੀ ਦਾ, 1500। ਅਤੇ ਇਹ ਸੂਟ ਹੈਗੇ ਨੇ ਕੇਸਰ ਕਰਾਚੀ ਬ੍ਰਾਂਡ ਦੇ। ਪਲੇਨ ਸਲਵਾਰ ਹੈ ਜੀ ਸੂਟ ਦੇ, 2.5 ਮੀਟਰ ਦੇ। ਇਹ ਹੈਗੀ ਆ ਸ਼ਰਟ, ਸਾਰਾ ਪ੍ਰਿੰਟ ਆ, ਟੱਚ ਹਲਕਾ ਹਲਕਾ ਬਲੌਕ ਪੇਂਟਿੰਗ ਦਾ ਦਿੱਤਾ ਹੋਇਆ। ਨੈਕ ਦੇ ਉੱਪਰ ਪੱਟੀ ਆ ਜਿਹੜੀ ਉਹ ਵਰਕ ਕਰਕੇ ਪੇਸਟ ਕੀਤੀ ਹੋਈ ਆ। ਬੈਕ ਸਾਈਡ ਆ ਅਤੇ ਸਾਈਡ 'ਤੇ ਇਹਦੀਆਂ ਬਾਜੂ ਰਹਿਣਗੀਆਂ, 2.5-2.5 ਮੀਟਰ ਦੀ ਕੱਟ ਰਹੂਗੀ ਜੀ। ਇਹ ਤੁਹਾਨੂੰ ਮਿਲਣਗੇ ਸੂਟ ਪਿਓਰ ਦੁਪੱਟਿਆਂ ਦੇ ਨਾਲ, ਇਹਨਾਂ ਦੇ ਨਾਲ ਪਿਓਰ ਦੇ ਦੁਪੱਟੇ ਹੋਣਗੇ। ਇਹ ਤੁਸੀਂ ਆਫਿਸ ਵੀਅਰ ਪਾ ਸਕਦੇ ਹੋ ਸੂਟ, ਬਹੁਤ ਸੋਹਣੇ ਸੂਟ ਆ। ਪਿਓਰ ਦਾ ਦੁਪੱਟਾ ਪ੍ਰਿੰਟਡ ਰਹਿਣਗੇ। 1500 ਹੈਗਾ ਪ੍ਰਾਈਸ ਸੂਟ ਦਾ, ਬਾਕੀ ਡਿਜ਼ਾਈਨ ਤੁਹਾਨੂੰ ਸਾਰੇ ਫੋਟੋ 'ਚ ਦਿਖਾਵਾਂਗੇ ਜੀ। ਇਹਦੀ ਲੁੱਕ ਆ ਗਈ ਆ, 1500 ਦਾ ਸੂਟ ਰਹੂਗਾ। ਨੈਕਸਟ ਇਹ ਵਾਲਾ ਬਲੈਕ ਕਲਰ ਦੇ ਉੱਪਰ ਆ ਗਿਆ, ਬਲੈਕ ਦੇ ਨਾਲ ਗੋਲਡਨ ਟੱਚ ਆ, ਇਹਦੇ ਨਾਲ ਸਲਵਾਰ ਵੀ ਬਲੈਕ ਹੀ ਆ। ਠੀਕ ਹੈ, ਇਹ ਦੇਖੋ ਸੇਮ ਇਹੀ ਡਿਜ਼ਾਈਨ ਹੋਏਗਾ ਜਿਹੜਾ ਫੋਟੋ 'ਚ ਆ। ਨੈਕਸਟ ਹੈਗਾ
ਮਹਿੰਦੀ ਨਿਓਨ ਜਿਹਾ ਸ਼ੇਡ ਆ, ਬਹੁਤ ਸੋਹਣਾ। ਇਹਦੇ ਨਾਲ ਪੀਕੋਕ ਕਲਰ ਦਾ ਕੰਟਰਾਸਟ ਹੈ। ਸੇਮ ਡਿਜ਼ਾਇਨਿੰਗ ਜਿਹੜੀ ਫੋਟੋ 'ਚ ਆ ਇੱਦਾਂ ਹੀ ਰਹੂਗੀ, ਤੁਸੀਂ ਹਲਕਾ ਜਿਹਾ ਏ ਲਾਈਨ ਦੇ ਸਕਦੇ ਹੋ। ਸੇਮ ਹੀ ਪ੍ਰਾਈਸ ਆ 1500। ਪਿਓਰ ਕੋਟਨ ਸਲਵਾਰ ਵੀ ਕੋਟਨ ਦੀ ਆ ਪਿਓਰ ਜੀ, ਵਿਦਾਊਟ ਲਾਈਨਿੰਗ ਸੂਟ ਬਣਨਗੇ, ਮਸ਼ੀਨ ਵਾਸ਼ ਨੇ ਜੀ ਸਾਰੇ ਸੂਟ। ਕੇਸਰ ਕਰਾਚੀ ਬ੍ਰਾਂਡ ਇਹਨਾਂ ਸੂਟਾਂ ਦਾ। ਅਤੇ ਇੱਕ ਹੈਗਾ ਆਫ ਵਾਈਟ ਕਲਰ, ਪਿਓਰ ਦੇ ਦੁਪੱਟਿਆਂ ਨਾਲ ਆਉਣਾ ਇਹ ਵਾਲੇ ਸੂਟ। ਲੁੱਕ ਲਾਈਕ ਕੁਛ ਇੱਦਾਂ ਰਹੇਗੀ, ਠੀਕ ਹੈ। ਅਤੇ ਇੱਕ ਤੁਹਾਨੂੰ ਮਿਲ ਜਾਏਗਾ ਇਹ ਗ੍ਰੇ ਬਲੂ ਜਿਹਾ ਸ਼ੇਡ ਆ, ਨਵਾਂ ਜਿਹਾ ਸ਼ੇਡ ਆ, ਬਹੁਤ ਸੋਹਣਾ। ਇਹਦੇ ਨਾਲ ਯੈਲੋ ਮਸਟਰਡ ਦਾ ਕੰਟਰਾਸਟ ਆ। 1500 ਪ੍ਰਾਈਸ ਆ ਸਾਰੇ ਸੂਟਾਂ ਦਾ, ਸ਼ਿਪਿੰਗ ਅਲੱਗ ਤੋਂ ਰਹੇਗੀ ਜੀ। ਸ਼ਿਪਿੰਗ ਤੁਹਾਨੂੰ ਨਾਲ ਪਵਾਉਣੀ ਪਏਗੀ, ਇੱਕ ਵਾਰੀ ਪੁੱਛ ਲਿਓ ਆਪਣਾ ਏਰੀਆ ਦੱਸ ਕੇ। 1560-70-80 ਰੁਪਏ ਹੁੰਦੇ ਆ ਜੀ ਪੰਜਾਬ ਦੇ ਵਿੱਚ। ਇਹ ਸੂਟ ਕੁਛ ਅਲੱਗ ਲੁੱਕ ਦੇ ਸੂਟ ਨੇ, ਥੋੜ੍ਹੇ ਡਿਜ਼ਾਈਨਰ ਜੇ ਬਣੇ ਹੋਏ ਨੇ, ਪਿਓਰ ਕੋਟਨ ਦੇ ਉੱਪਰ ਰਹਿਣਗੇ ਸੂਟ। ਪਲੇਨ ਸਲਵਾਰ ਹੈ ਜੀ 2.5 ਮੀਟਰ ਦੀ, ਬਲੈਕ ਕਲਰ ਦੀ। ਬਾਕੀ ਸੂਟ ਤੁਹਾਨੂੰ ਫੋਟੋ 'ਚ ਦਿਖਾ ਦਾਂਗੇ, ਇੱਕ ਡਿਜ਼ਾਈਨ ਖੋਲ੍ਹ ਕੇ ਦਿਖਾ ਦਿੰਦੇ ਹਾਂ। ਸੈਂਟਰ ਫਲਾਰ ਦੇ ਨਾਲ ਆ, ਅਤੇ ਜਿਹੜਾ ਲਾਈਨਿੰਗ ਆ ਉਹ ਥੋੜ੍ਹੀ ਡਿਜ਼ਾਇਨਿੰਗ ਜੀ ਲੁੱਕ 'ਚ ਦਿੱਤੀ ਹੋਈ ਹੈ, ਟੇਢੀਆਂ ਵਿੰਗੀਆਂ ਜਿਹੀਆਂ ਲਾਈਨਾਂ ਦੇ ਕੇ। ਅਤੇ ਇਹ ਸਾਰੀ ਪੇਸਟ ਕੀਤੀ ਹੋਈ ਹੈ ਪੱਟੀ ਵਰਕ ਦੇ ਨਾਲ। ਇਹ ਹੈਗੀ ਹੈ ਜੀ ਇਹਦੀ ਬੈਕ ਸਾਈਡ, ਸੇਮ ਫਲਾਰ ਹੋਊਗਾ, ਸਾਈਡ 'ਤੇ ਬਾਜੂ ਰਹਿਣਗੀਆਂ। ਇਹਦੇ ਨਾਲ ਵੀ ਤੁਹਾਨੂੰ ਪਿਓਰ ਦੇ ਦੁਪੱਟੇ ਦੇ ਰਹੇ ਹਾਂ, ਪਿਓਰ ਸ਼ਫੋਨ ਦੇ ਦੁਪੱਟੇ। ਕੁਛ ਇੱਦਾਂ ਦੇ ਰਹਿਣਗੇ ਜੀ ਸੂਟ ਇਹ, ਠੀਕ ਹੈ। ਦੇਖੋ ਲੁੱਕ ਸੂਟ ਦੇ ਬਣਨ ਤੋਂ ਬਾਅਦ ਸੇਮ ਲੁੱਕ ਆ ਜਾਏਗੇ। ਇਹਦੇ ਕਲਰ ਅਤੇ ਬਾਕੀ ਡਿਜ਼ਾਈਨ ਤੁਹਾਨੂੰ ਫੋਟੋ 'ਚ ਦਿਖਾ ਦਾਂਗੇ, ਕਲਰ ਤੁਸੀਂ ਦੇਖ ਲਓ। ਪੰਦਰਾਂ ਸੌ ਪ੍ਰਾਈਸ ਦੇ ਨਾਲ ਨੇ ਜੀ ਸਾਰੇ ਸੂਟ। ਇੱਕ ਕਲਰ ਤੁਹਾਨੂੰ ਮਿਲ ਜਾਏਗਾ ਇਹ 'ਚ ਗ੍ਰੇਸ਼, ਬਹੁਤ ਸੋਹਣਾ ਸ਼ੇਡ ਆ। ਜਿਹੜੀ ਨੈੱਕ 'ਤੇ ਪੱਟੀ ਉਹੀ ਪਹਿਲਾਂ ਤਾਂ ਬਹੁਤ ਸੋਹਣੀ ਆ, ਇਹ ਸਾਰਾ ਇੱਦਾਂ ਲੱਗਦਾ ਜਿਵੇਂ ਪ੍ਰਿੰਟ ਹੁੰਦਾ, ਇਹ ਵਰਕ ਹੈ ਜੀ ਸਾਰਾ ਕੀਤਾ ਹੋਇਆ, ਮਸ਼ੀਨੀ ਵਰਕ। ਯੈਲੋ ਜਿਹਾ ਸ਼ੇਡ ਆ, ਲੈਮਨ ਯੈਲੋ ਜਿਹਾ। ਅਤੇ ਇੱਕ ਮਿਲ ਜਾਏਗਾ ਤੁਹਾਨੂੰ ਇਹ ਪਰਪਲ ਕਲਰ, ਇੱਕ ਮਿਲ ਜਾਏਗਾ ਜੀ ਪਿੰਕ ਕਲਰ। ਪੈਕਿੰਗ ਬਹੁਤ ਸੋਹਣੀ ਹੋਈ ਵੀ ਹੁੰਦੀ ਹੈ, ਅਤੇ ਫਿਰ ਵੀਡੀਓ ਵੀ ਲੰਮੀ ਹੋ ਜਾਂਦੀ ਹੈ ਜੇ ਸਾਰੇ ਸੂਟ ਖੋਲ੍ਹ ਖੋਲ੍ਹ ਕੇ ਦਿਖਾਉਂਦੇ ਹਾਂ, ਕਿਉਂਕਿ ਕੁਆਂਟਿਟੀਆਂ ਜ਼ਿਆਦਾ ਹੁੰਦੀਆਂ ਨੇ ਜੀ ਦਿਖਾਉਣ ਵਾਲੀਆਂ। ਹੁਣ ਇੱਕ ਇੱਕ ਸੈੱਟ ਦੇ ਵਿੱਚ ਤੁਹਾਨੂੰ ਕਾਫੀ ਕਲਰ ਦਿਖਾਏ ਹਾਂ। ਅਤੇ ਪ੍ਰਾਈਸ ਹੈਗਾ 1500 ਸਾਰੇ ਹੀ ਸੂਟਾਂ ਦਾ। ਹਾਂਜੀ, ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ। ਅੱਜ ਦੀ ਵੀਡੀਓ 'ਚ ਜੋ ਵੀ ਸੂਟ ਪਸੰਦ ਆ, ਸਕਰੀਨਸ਼ੋਟ ਲੈ ਕੇ ਤੁਸੀਂ ਮੇਰੇ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਹੋਣਗੇ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ। ਵੀਡੀਓ ਦੇਖਣ ਲਈ ਥੈਂਕ ਯੂ ਜੀ, ਅਤੇ ਤੁਹਾਡੀ ਕੀ ਡਿਮਾਂਡ ਹੈ ਉਹ ਵੀ ਜ਼ਰੂਰ ਮੈਨਸ਼ਨ ਕਰ ਦਿਓ, ਕੋਸ਼ਿਸ਼ ਕਰਾਂਗੇ ਜਲਦੀ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਸੂਟ ਕੁਛ ਹੋਰ ਲੈ ਕੇ ਆਈਏ। ਥੈਂਕ ਯੂ ਸੋ ਮੱਚ।